सरदार साहब दे पुत नूं हार पाउणे सी, असीं उहनां दा विरोध कर रहे अज इत्थे इकट्ठे होए आ। इह पंजाब दा माहौल खराब करना चाहुंदा, इत्थे उहनां ने आउणा सी, असीं आ गए जिहड़े किसान आ इत्थे आ के बैठे। ਇਹ ਬੀਜੇਪੀ ਮੁਰਦਾਬਾਦ ਦੇ ਨਾਰੇ ਹੁਸ਼ਿਆਰਪੁਰ ਵਿਖੇ ਲਾਏ ਜਾ ਰਹੇ ਨੇ। ਖੇਤੀ ਕਾਨੂੰਨ ਵਿਰੁੱਧ ਪਿਛਲੇ ਲੰਬੇ ਸਮੇਂ ਤੋਂ ਧਰਨਿਆਂ ਤੇ ਬੈਠੇ ਕਿਸਾਨ ਜਥੇਬੰਦੀਆਂ ਵੱਲੋਂ ਸ਼ਹਿਰ ਦੇ ਬੱਸ ਸਟੈਂਡ ਚੌਂਕ 'ਚ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਰੋਸ ਧਰਨਾ ਦਿੱਤਾ ਗਿਆ। ਦੇਖੋ ਜਿਹੜੀ ਬੀਜੇਪੀ ਆ ਇਹ ਪੰਜਾਬ ਦਾ ਮਾਹੌਲ ਖਰਾਬ ਕਰ ਰਹੀ ਆ, ਤੇ ਇਹ ਜਿਹੜੀ ਘੱਟ ਗਿਣਤੀਆਂ ਜਿਹੜੀਆਂ ਉਹਨਾਂ ਦੀਆਂ ਜਿਹੜੀਆਂ ਇਹ ਉਹਨਾਂ ਦੀਆਂ ਵਿਰੋਧੀ ਆ। ਇੱਕ ਪਾਸੇ ਆ ਮਨੀਸ਼ਾ ਵਾਲਮੀਕਾ, ਉਹਨੂੰ ਜਿਹੜਾ ਉੱਥੇ ਉਹਨਾਂ ਬਲਾਤਕਾਰ ਕੀਤਾ ਯੂਪੀ ਦੇ ਵਿੱਚ ਕੀਤਾ ਜਾਂਦਾ, ਤੇ ਇੱਥੇ ਦਲਿਤਾਂ ਦੇ ਨਾਲ ਦੁਰਵਿਵਹਾਰ ਕੀਤਾ ਜਾਂਦਾ। ਦੂਜੇ ਪਾਸੇ ਲੋਕ ਪੱਖੀ ਹੋਣ ਲਈ ਡਰਾਮਾ ਕਰਦੇ ਆ। ਅੱਜ ਬੀਜੇਪੀ ਦੇ ਆਗੂਆਂ ਨੇ ਇੱਥੇ ਆ ਕੇ ਅੰਬੇਦਕਰ ਸਾਹਿਬ ਦੇ ਪੁੱਤ ਨੂੰ ਹਾਰ ਪਾਉਣੇ ਸੀ, ਅਸੀਂ ਉਹਨਾਂ ਦਾ ਵਿਰੋਧ ਕਰ ਰਹੇ ਅੱਜ ਇੱਥੇ ਇਕੱਠੇ ਹੋਏ ਆ। ਇਸ ਕੰਮ ਲਈ ਅੱਜ ਅਸੀਂ ਇੱਥੇ ਜਿਹੜੇ ਆਏ ਆ, ਹੁਣ ਤੱਕ ਉਹਨਾਂ ਦਾ ਇੱਥੇ ਕੋਈ ਨੀ, ਉਹ ਆਏ ਨੀ, ਇੱਥੇ ਬਿਲਕੁਲ ਨੀ ਆਏ। ਇਹ ਜਿਹੜਾ ਸਾਂਪਲਾ ਆ ਇਹ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ, ਕਦੇ ਜਲੰਧਰ ਦੇ ਵਿੱਚ ਤੇ ਕਦੇ ਨਵੇਂ ਸ਼ਹਿਰ 'ਚ ਪੰਜਾਬ ਦੇ ਵੱਖ ਵੱਖ ਥਾਂ ਤੇ ਇਹ ਸਾਰਾ ਕੁਛ ਇਹ ਕਰ ਰਿਹਾ, ਡਰਾਮਾ ਕਰ ਰਿਹਾ। ਬੀਜੇਪੀ ਵਾਲੇ ਆਗੂ ਜਾਊਗੇ, ਤੁਸੀਂ ਜਾਓਗੇ? ਹਾਂ ਬਿਲਕੁਲ, ਵਿਰੋਧ ਕਰਾਂਗੇ, ਉਹਨਾਂ ਨੂੰ ਕਰ ਨਹੀਂ ਦੇਵਾਂਗੇ ਪ੍ਰੋਗਰਾਮ। ਇੱਥੇ ਉਹਨਾਂ ਨੇ ਆਉਣਾ ਸੀ, ਅਸੀਂ ਆ ਕੇ ਜਿਹੜੇ ਕਿਸਾਨ ਆ ਇੱਥੇ ਆ ਕੇ ਬੈਠੇ। ਕਿੰਨੀ ਦੇਰ ਦਾ ਹੁਣ ਪ੍ਰੋਟੈਸਟ ਤੁਹਾਡਾ ਇੱਥੇ? ਇਹ ਸਾਡਾ ਪ੍ਰੋਟੈਸਟ ਜੀ ਇਹ ਚੱਲੂਗਾ, ਇਹ ਲੰਮਾ ਟਾਈਮ ਚੱਲੂਗਾ। ਤੁਸੀਂ ਸੁਣਿਆ ਕਿ ਕਿਸ ਤਰ੍ਹਾਂ ਕਿਸਾਨ ਆਗੂ ਬੀਜੇਪੀ ਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਦਾ ਇਲਜ਼ਾਮ ਲਾ ਰਹੇ ਨੇ, ਤੁਹਾਨੂੰ ਇਸ ਬਾਰੇ ਕੀ ਲੱਗਦਾ? ਕੀ ਸੱਚਮੁੱਚ ਬੀਜੇਪੀ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ? ਕਮੈਂਟ ਕਰਕੇ ਦੱਸਣਾ ਨਾ ਭੁੱਲਣਾ। ਹੁਸ਼ਿਆਰਪੁਰ ਤੋਂ ਅਮਰੀਕ ਕੁਮਾਰ ਦੀ ਖਾਸ ਰਿਪੋਰਟ। ਤੁਸੀਂ ਹੈਰਾਨ ਤੇ ਜ਼ਰੂਰ ਹੋ ਰਹੇ ਹੋ ਕਿ ਇੱਕ ਬੰਦਾ ਪੈਂਟ ਕਮੀਜ਼ ਪਾ ਕੇ ਟਰੈਕਟਰ ਚਲਾ ਰਿਹਾ ਹੈ, ਖੇਤੀ ਕਰ ਰਿਹਾ ਹੈ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ, ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।